ਸਤਿ ਸ਼੍ਰੀ ਅਕਾਲ ਜੀ, ਮੈਂ ਸ਼ਰ ਸ਼ਰਮਾ, ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ। ਅੱਜ 9 ਮਈ ਹੈ ਤੇ ਹਾਜ਼ਰ ਅੱਜ ਦਾ ਇਤਿਹਾਸ ਲੈ। ਅੱਜ ਦੇ ਦਿਨ ਸਨ 1960 ਈਸਵੀ ਵਿੱਚ US ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਦੁਨੀਆ ਦੀ ਪਹਿਲੀ ਜਨਮ ਨਿਯੰਤਰਣ ਗੋਲੀ ਨੂੰ ਪ੍ਰਵਾਨਗੀ ਦਿੱਤੀ ਸੀ। ਇਸ ਗੋਲੀ ਦਾ ਨਾਂ ਇਨੋਵਿਟੈਨ ਸੀ, ਜਿਸ ਨੂੰ GD ਸਰਲ ਨਾਂ ਦੀ ਕੰਪਨੀ ਨੇ ਬਣਾਇਆ ਸੀ। ਜਨਮ ਨਿਯੰਤਰਣ ਗੋਲੀ ਨੂੰ ਅਮਰੀਕੀ ਔਰਤ ਅਤੇ ਜਨਮ ਨਿਯੰਤਰਣ ਕਾਰਕੁਨ ਮਾਰਗਰੇਟ ਸੈਂਗਰ ਦੇ ਦਿਮਾਗ ਦੀ ਉਪਜ ਮੰਨਿਆ ਜਾਂਦਾ ਹੈ। ਸੈਂਗਰ ਨੇ ਇਸ ਦੇ ਲਈ ਲਗਭਗ 50 ਸਾਲਾਂ ਤੱਕ ਸੰਘਰਸ਼ ਕੀਤਾ ਸੀ। ਉਹ ਇੱਕ ਨਰਸ ਸੀ। ਸਨ 1916 ਵਿੱਚ ਉਸਨੇ ਬਰੁਕਲਿਨ ਨਿਊਯਾਰਕ ਵਿੱਚ ਅਮਰੀਕਾ ਦਾ ਪਹਿਲਾ ਜਨਮ ਨਿਯੰਤਰਣ ਕਲੀਨਿਕ ਖੋਲਿਆ। ਇਹ ਉਹ ਦੌਰ ਸੀ ਜਦੋਂ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਜਨਮ ਨਿਯੰਤਰਣ ਅਤੇ ਗਰਭਪਾਤ ਨੂੰ ਗੈਰ ਕਾਨੂੰਨੀ ਮੰਨਿਆ ਜਾਂਦਾ ਸੀ। ਇਸ ਕਾਰਨ ਇਹ ਕਲੀਨਿਕ ਸਿਰਫ 10 ਦਿਨ ਹੀ ਚੱਲ ਸਕਿਆ। ਅਗਲੇ ਹੀ ਸਾਲ ਨਿਊਯਾਰਕ ਦੀ ਅਦਾਲਤ ਨੇ ਸੈਂਗਰ ਨੂੰ 30 ਦਿਨਾਂ ਲਈ ਜੇਲ੍ਹ ਭੇਜ ਦਿੱਤਾ। ਸਨ 1914 ਈਸਵੀ ਵਿੱਚ ਉਸਨੇ ਫੈਮਿਲੀ ਲਿਮਿਟੇਸ਼ਨ ਨਾਂ ਦੀ ਕਿਤਾਬ ਲਿਖੀ। ਇਸ ਕਿਤਾਬ ਤੇ ਵੀ ਪਾਬੰਦੀ ਲਗਾ ਦਿੱਤੀ ਗਈ ਸੀ। ਉਸਤੇ ਮੁਕਦਮਾ ਚਲਾਇਆ ਗਿਆ ਅਤੇ ਦੇਸ਼ ਛੱਡ ਕੇ ਭੱਜਣਾ ਪਿਆ। 1917 ਵਿੱਚ ਉਹਨਾਂ ਨੇ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਜਨਮ ਨਿਯੰਤਰਣ ਸਮੀਖਿਆ ਨਾਮ ਦਾ ਇੱਕ ਰਸਾਲਾ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ। ਇੱਥੋਂ ਤੱਕ ਕਿ 1917 ਵਿੱਚ ਉਹਨਾਂ ਨੂੰ ਪਰਿਵਾਰ ਨਿਯੋਜਨ ਦੀ ਜਾਣਕਾਰੀ ਲੋਕਾਂ ਨੂੰ ਦੇਣ ਕਾਰਨ ਜੇਲ੍ਹ ਵੀ ਹੋਈ ਸੀ। ਸਿੰਗਰ ਦੇ ਯਤਨਾਂ ਸਦਕਾ 1940 ਤੱਕ ਅਮਰੀਕਾ ਵਿੱਚ ਲਗਭਗ 400 ਜਨਮ ਨਿਯੰਤਰਣ ਕਲੀਨਿਕ ਖੋਲੇ ਗਏ ਸਨ। 1950 ਈਸਵੀ ਵਿੱਚ ਸੈਂਗਰ ਪਹਿਲੀ ਵਾਰ ਜੀਵ ਵਿਗਿਆਨੀ ਗ੍ਰੈਗਰੀ ਗੁਡਵਿਨ ਪਿੰਕਸ ਨੂੰ ਮਿਲੀ। ਇਸ ਮੀਟਿੰਗ ਵਿੱਚ ਉਸਨੇ ਪਿੰਕਸ ਨੂੰ ਔਰਲ ਜਨਮ ਨਿਯੰਤਰਣ ਗੋਲੀ ਤੇ ਕੰਮ ਕਰਨ ਦੀ ਬੇਨਤੀ ਕੀਤੀ। ਸੈਂਗਰ ਦਾ ਪ੍ਰਸਤਾਵ ਬਹੁਤ ਜੋਖਮ ਭਰਿਆ ਸੀ। ਹਾਲਾਂਕਿ ਬਹੁਤ ਵਿਚਾਰ ਵਟਾਂਦਰੇ ਤੋਂ ਬਾਅਦ 1953 ਈਸਵੀ ਵਿੱਚ ਗ੍ਰੈਗਰੀ ਪਿੰਕਸ ਨੇ ਜੌਨ ਰੌਕ ਨਾਲ ਮਿਲ ਕੇ ਜਨਮ ਨਿਯੰਤਰਣ ਵਾਲੀਆਂ ਗੋਲੀਆਂ ਬਣਾਉਣ ਦਾ ਕੰਮ ਸ਼ੁਰੂ ਕੀਤਾ। 29 ਅਕਤੂਬਰ 1959 ਈਸਵੀ ਨੂੰ ਫਾਰਮਾਸਿਊਟੀਕਲ ਕੰਪਨੀ GD ਸੈਰਲੇਸ ਨੇ ਜਨਮ ਨਿਯੰਤਰਣ ਵਾਲੀਆਂ ਗੋਲੀਆਂ ਬਣਾਉਣ ਦੀ ਪ੍ਰਵਾਨਗੀ ਲਈ ਅਮਰੀਕਾ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੂੰ ਅਰਜ਼ੀ ਦਿੱਤੀ। ਅੱਜ ਦੇ ਦਿਨ 1960 ਈਸਵੀ ਵਿੱਚ FDA ਨੇ ਇਸ ਨੂੰ ਮਨਜ਼ੂਰੀ ਦਿੱਤੀ। 2 ਦਿਨ ਬਾਅਦ 11 ਮਈ ਨੂੰ FDA ਨੇ ਜਨਤਕ ਤੌਰ ਤੇ ਇਸ ਦੀ ਵਰਤੋਂ ਦੀ ਪ੍ਰਵਾਨਗੀ ਦਾ ਐਲਾਨ ਕੀਤਾ। ਉਦੋਂ ਤੋਂ ਇਨ੍ਹਾਂ ਗੋਲੀਆਂ ਦੀ ਵਰਤੋਂ ਵਧਣ ਲੱਗੀ। ਅਮਰੀਕਾ ਦੀ ਯੋਜਨਾਬੱਧ ਪੈਰੇਂਟਹੁੱਡ ਫੈਡਰੇਸ਼ਨ ਦੇ ਅਨੁਸਾਰ 1965 ਤੱਕ ਅਮਰੀਕਾ ਵਿੱਚ 45 ਸਾਲ ਤੋਂ ਘੱਟ ਉਮਰ ਦੀ ਹਰ ਚੌਥੀ ਵਿਆਹੀ ਔਰਤ ਨੇ ਗਰਭ ਅਵਸਥਾ ਨੂੰ ਰੋਕਣ ਲਈ ਇਹਨਾਂ ਗੋਲੀਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। 1970 ਈਸਵੀ ਵਿੱਚ ਅਮਰੀਕਾ ਨੇ ਵੀ ਅਣਵਿਆਹੀਆਂ ਔਰਤਾਂ ਨੂੰ ਇਹਨਾਂ ਗੋਲੀਆਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਸੀ। ਅੱਜ ਵੀ ਅਣਚਾਹੇ ਗਰਭ ਨੂੰ ਰੋਕਣ ਲਈ ਗੋਲੀਆਂ ਦੀ ਵਿਆਪਕ ਵਰਤੋਂ ਕੀਤੀ ਜਾਂਦੀ ਹੈ। ਸੋ ਇਹ ਸੀ ਅੱਜ ਦਾ ਇਤਿਹਾਸ। ਪੇਸ਼ਕਸ਼ ਦਰਸ਼ਨ ਸਿੰਘ ਦਰਸ਼ਨ।